हलका गुरदासपुर ते समूह जिला वासी जिहड़े हन वख-वख हलकियां तों अज किसानां दे हक विच जो 26 मार्च नूं किसान जिहड़ी रैली है दिल्ली विच कढ़ी जा रही है उन्हां दी सपोर्ट विच अज मोटरसाइकल रैली जिहड़ी है उह कढ़न जा रहे हां। ते इह आम जनता नूं आम लोकां नूं असीं आम आदमी पार्टी वल्लों सुनेहा देना चाहुंदे हां ते सारिआं अगे रिक्वेस्ट वी करदे हां कि इह जो लम्मा मोर्चा जिहड़ा किसानी संघर्ष मजदूरां ने लाया होया सिंघू बार्डर ते दिल्ली दे चार चफेरे ये समय की सरकार जिहड़ी आ मोदी की एक कारपोरेट घराणियां दे हत्थां ते चढ़ के अज हिंदुस्तान दे लोकां नूं जिहड़े मजदूर ते किसान जिन्हां ने देश के अन्नदाता वजों अज तक अपना नाम कमाया उन्हां नूं भुखारी बनाउण वास्ते जा रही आ। अज असीं सारिआं दे चरणां 'च बेनती करदे हां जिन्ने किसान ते मजदूर ने कि 26 तरीक नूं जिहड़ी किसान रैली किसानां वल्लों दिल्ली 'च कढ़ी जा रही आ अज उन सारिआं दा असीं सारे ही उन्हां दा वध तों वध समर्थन करिए ਤਾਂ ਕਿ ਜਿਹੜੀ ਇਹ ਕਾਲੀ ਬੋਲੀ ਜਿਹੜੀ ਅੰਨੀ ਹੈਗੀ ਸਰਕਾਰ ਦਿੱਲੀ ਦੀ ਉਹਨਾਂ ਦੇ ਕੰਨਾਂ 'ਤੇ ਜ਼ਰੂਰ ਜਿਹੜੀ ਆ ਉਹ ਸਰਕਦੀ ਨਜ਼ਰ ਆਵੇ ਤਾਂ ਕਿ ਇਹ ਕਾਲੇ ਕਾਨੂੰਨ ਵਾਪਸ ਲੈਣ ਅਤੇ ਲੋਕ ਜਿਹੜੇ ਆਪਣੇ ਘਰਾਂ ਨੂੰ ਜਾ ਕੇ ਸੁੱਖੀ ਸੰਧੀ ਵਸਣ ਅਤੇ ਇਹ ਜਿਹੜਾ ਸੰਘਰਸ਼ ਆ ਉਹਨੂੰ ਖਤਮ ਕਰਕੇ ਆਪਣੇ ਘਰਾਂ ਦੇ ਵਿੱਚ ਜਿਹੜੀ ਆਪਣੀ ਖੇਤੀਬਾੜੀ ਅਤੇ ਮਜ਼ਦੂਰੀ ਜਾਂ ਹੋਰ ਜਿਹੜੇ ਆਪਣੇ ਕਿੱਤੇ ਆ ਉਹਨਾਂ ਨੂੰ ਸੰਭਾਲਣ। ਹੁਣ ਤੱਕ ਮੇਰਾ ਖਿਆਲ 150 ਦੇ ਲਗਭਗ ਜਾਨਾਂ ਚਲੀ ਗਈਆਂ ਅਤੇ ਕਿਸਾਨਾਂ ਦੇ ਇਸ ਸੰਘਰਸ਼ ਨੂੰ ਖਤਮ ਕਰਨ ਵਾਸਤੇ ਇਹਨਾਂ ਨੂੰ ਤਾਰ ਪਿੰਡੋ ਕਰਨ ਵਾਸਤੇ ਹੋਰ ਕਈ ਤਰ੍ਹਾਂ ਦੇ ਹੱਥ ਕੰਡੇ ਸਰਕਾਰ ਵਰਤ ਰਹੀ ਆ ਬਜਾਏ ਇਸ ਦੇ ਕਿ ਉਹਨਾਂ ਦੇ ਸੰਘਰਸ਼ ਨੂੰ ਉਹਨਾਂ ਦੀ ਮੰਗਾਂ ਮੰਨਦੇ। ਸੋ ਅਸੀਂ ਅੱਜ ਦੇ ਇਸ ਮੋਟਰਸਾਈਕਲ ਰੈਲੀ ਰਾਹੀਂ ਆਮ ਆਦਮੀ ਪਾਰਟੀ ਗੁਰਦਾਸਪੁਰ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਸਾਰੇ ਹੀ ਆਪਾਂ ਵੱਧ ਚੜ੍ਹ ਕੇ ਕਿਸਾਨਾਂ ਦਾ ਸਾਥ ਦੇਈਏ ਤਾਂ ਕਿ ਉਹਨਾਂ ਦੀਆਂ ਮੰਗਾਂ ਜਿਹੜੀਆਂ ਸਰਕਾਰ ਮੰਨੇ ਅਤੇ ਇਹ ਸੰਘਰਸ਼ ਜਿਹੜਾ ਉਹ ਖਤਮ ਕੀਤਾ ਜਾ ਸਕੇ। ਇੰਨੀਆਂ ਹੀ ਗੱਲਾਂ ਦੇ ਨਾਲ ਇੰਨੇ ਹੀ ਸ਼ਬਦਾਂ ਦੇ ਨਾਲ ਮੈਂ ਕਿਰਮਨ ਦਾ ਜਾ ਚੁੱਕਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਅੱਜ ਅਸੀਂ ਇਹ ਬਾਈਕ ਰੈਲੀ ਦੇ ਥਰੂ ਅਸੀਂ ਦੱਸਣਾ ਚਾਹੁੰਦੇ ਹਾਂ ਸਾਰੇ ਗੁਰਦਾਸਪੁਰ ਦੀ ਸਾਰੇ ਪੰਜਾਬ ਦੇ ਵਾਸੀਆਂ ਨੂੰ ਜਾਗਰੂਕ ਕਰਨਾ ਚਾਹੁੰਦੇ ਹਾਂ ਕਿ ਜਿਹੜਾ ਮੋਦੀ ਸਰਕਾਰ ਨੇ ਕਾਲੇ ਕਾਨੂੰਨ 'ਤੇ ਲੈ ਕੇ ਆਈ ਹੈ ਔਰ ਲੋਕਤੰਤਰ ਦਾ ਘਾਣ ਕਰ ਰਹੀ ਹੈ ਉੱਥੇ ਇੰਨੀ ਗਿਣਤੀ ਦੇ ਵਿੱਚ ਕਿਸਾਨ ਮਜ਼ਦੂਰ ਅਤੇ ਹੋਰ ਤਬਕੇ ਦੇ ਲੋਕ ਬੈਠੇ ਆ ਕੋਈ ਵੀ ਗੱਲ ਨਹੀਂ ਸੁਣੀ ਜਾ ਰਹੀ। 11ਵੀਂ ਸਾਡੀ ਹੈਗੀ ਸੀਗੀ ਮੀਟਿੰਗ ਲੇਕਿਨ ਜਿਹੜੀ ਸਰਕਾਰ ਆ ਉਹਨੇ ਕੋਈ ਵੀ ਸਾਰੀ ਗੱਲਾਂ ਅਣਛੁਣੀਆਂ ਕਰ ਦਿੱਤੀਆਂ ਔਰ ਹੁਣ ਉਹ ਕਹਿ ਰਹੀ ਹੈ ਕਿ ਜੇ ਤੁਹਾਡੇ ਕੋਈ ਸੁਝਾਅ ਹੈ ਤਾਂ ਲੈ ਕੇ ਆਓ। ਔਰ ਇਹ ਬੜੀ ਮੰਦਭਾਗੀ ਘਟਨਾ ਕਿ ਐਡਾ ਵੱਡਾ ਸੰਘਰਸ਼ ਹੋਵੇ ਔਰ ਸਰਕਾਰ ਜਿਹੜੀ ਹੈ ਬਿਲਕੁਲ ਹੀ ਟਸ ਤੋਂ ਮਸ ਨਾ ਹੋਵੇ ਕਾਰਪੋਰੇਟ ਘਰਾਣਿਆਂ ਨੂੰ ਬਿਲਕੁਲ ਕਾਰਪੋਰੇਟ ਘਰਾਣਿਆਂ ਦੇ ਅਧੀਨ ਚੱਲਦੀ ਹੋਵੇ ਇਸ ਲੋਕਤੰਤਰ ਦਾ ਘਾਣ ਕਰ ਰਹੀ ਹੈ। ਅਸੀਂ ਸਾਰੇ ਸ਼ਹਿਰ ਵਾਸੀਆਂ ਨੂੰ ਪਿੰਡ ਵਾਸੀਆਂ ਨੂੰ ਗੁਰਦਾਸਪੁਰ ਜ਼ਿਲ੍ਹੇ ਨੂੰ ਇਸ ਬਾਈਕ ਰੈਲੀ ਦੇ ਥਰੂ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੀ ਆਮ ਆਦਮੀ ਪਾਰਟੀ ਬਿਲਕੁਲ ਕਿਸਾਨ ਮਜ਼ਦੂਰ ਜਿਹੜਾ ਸਾਡਾ ਕਿਸਾਨ ਧਰਨਾ ਚੱਲ ਰਿਹਾ ਵਾ ਅਸੀਂ ਉਹਦੇ ਸਮਰਥਕ ਹਾਂ ਔਰ ਅਸੀਂ ਡਟ ਕੇ ਹਿਮਾਇਤ ਕਰਦੇ ਹਾਂ ਔਰ ਸਾਰੇ ਗੁਰਦਾਸਪੁਰ ਜ਼ਿਲ੍ਹੇ ਵਾਸੀਆਂ ਨੂੰ ਕਹਿੰਦੇ ਹਾਂ ਇਹ ਬੇਨਤੀ ਕਰਦੇ ਹਾਂ ਕਿ ਤੁਸੀਂ 26 ਜਨਵਰੀ ਦੀ ਜਿਹੜੀ ਟਰੈਕਟਰ ਮਾਰਚ ਆ ਉਹਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲਓ ਤਾਂ ਕਿ ਇਸ ਸੰਘਰਸ਼ ਨੂੰ ਹੋਰ ਮਜ਼ਬੂਤ ਕੀਤਾ ਜਾਵੇ। ਤਰਸੇਮ ਠਾਕਰ ਆਮ ਆਦਮੀ ਪਾਰਟੀ ਜ਼ਿਲ੍ਹਾ ਇਵੈਂਟ ਪ੍ਰਧਾਨ ਅੱਜ ਜੋ ਅਸੀਂ 23 ਜਨਵਰੀ ਨੂੰ ਰੈਲੀ ਬਾਈਕ ਰੈਲੀ ਗੁਰਦਾਸਪੁਰ ਦੇ ਵਿੱਚ ਕੱਢਣ ਜਾ ਰਹੇ ਹਾਂ ਇਹ ਰੈਲੀ ਜਿਹੜੀ ਆ ਪੂਰੇ ਪੰਜਾਬ ਦੇ ਵਿੱਚ ਪੂਰੇ ਜ਼ਿਲ੍ਹਿਆਂ ਹੈੱਡਕੁਆਟਰ ਦੇ ਵਿੱਚ ਕੱਢੀ ਜਾ ਰਹੀ ਆ। ਅਸੀਂ ਇਹ ਬੋਲੀ ਸਰਕਾਰ ਨੂੰ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਇਹ ਸਰਕਾਰ ਜੋ ਕਿਸਾਨਾਂ ਦੇ ਕਾਲੇ ਕਾਨੂੰਨ ਹੈ ਉਹਨਾਂ ਨੂੰ ਅਪਣਾ ਉਹਨਾਂ ਨੂੰ ਕਰਕੇ ਔਰ ਉਹ ਰੱਦ ਨਹੀਂ ਕਰ ਰਹੀ। ਸਾਡੇ ਕਿਸਾਨ ਪਰਿਵਾਰ ਕਿਸਾਨ ਜੋ 150 ਕਿਸਾਨ ਸ਼ਹੀਦ ਹੋਇਆ ਹੈ
वो उन्होंने असी ये संदेश देना चाहते हैं कि तुसी तगड़े हो के पार्टनर से लड़ाई लड़ो, असी आम आदमी पार्टी जी पूरे पंजाब दे विच तुहाडे नाल हां। और साढ़े अरविंद केजरीवाल जी जो अपने किसान वीरां लई उत्थे कर रहे हैं और सेंटर सरकार जी उन्हां दीआं दित्तीआं होईआं सुविधावां नूं किसानां तक पहुँच नहीं दे रही। सो जे आप 2022 का इलैक्शन का आगाज असी अज तो कर रहे हैं और जो MC चोणा है, MC चोणा के विच असी आए वॉलंटियरां नूं ये संदेश देना चाहते हैं कि तगड़े हो गए MC इलैक्शन लड़ो, तुहानूं किसी भी पोलीटिकल पार्टी तो डरन की लोड़ नहीं है। सो मैं इन्हां गल्लां नाल ही इत्थे विराम देना है। वाहिगुरू जी का खालसा। सवाल है चार गल्लां सारे किसान वाले ये किसान रैली है तुसीं क्योंकि इहदे विच कह रहे हो असी MC दा वी विच उहनां नूं लामबंद करना चाहते हैं, इट मीनस कि फिर पोलीटिकल रैली होगी किसानां दी मैती रैली है? पोलीटिकल रैली नहीं, आम आदमी पार्टी किसानां दे हक च अज बाइक रैली कट रही है और अपने जो भी कि जाए है कि तुसी अपना आधार बनाने वास्ते मे बी कि शायद कोई कोई स्टैंड नहीं है कोई कुछ नहीं है। एक आधार जो है एदा किसान रैली का ही है जो अपने परेड 26 जनवरी की ट्रैक्टर परेड हो रही है। असी लोगों को यह संदेश देना चाहते हैं कि तुसी भी वध चढ़ के जो अपने ट्रैक्टर जो परेड हो रही है साड़ी उत्थे उहदे विच हिस्सा पाओ।